ਪਿੰਡ ਅਕਬਰਪੁਰ ਕਲਾਂ ਗੁਰਮਤ ਪ੍ਰਚਾਰ ਕੇਂਦਰ ਦੇ ਸਹਿਯੋਗ ਦੇ ਨਾਲ ਗ੍ਰੰਥੀ ਸਿੰਘ ਭਾਈ ਗਗਨਦੀਪ ਸਿੰਘ ਕਲਿਆਣ ਦੇ ਵੱਲੋਂ ਕੀਤੇ ਗੁਰਮਤ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਲਗਭਗ 35 ਪ੍ਰਾਣੀਆਂ ਨੇ ਅੰਮ੍ਰਿਤ ਛਕ ਕੇ ਆਪਣਾ ਜੀਵਨ ਸਫਲਾ ਕੀਤਾ। ਭਾਈ ਗਗਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਗੁਰਮਤ ਪ੍ਰਚਾਰ ਕਰਦੇ ਹੋਏ 2 ਸਾਲ ਹੋ ਚੁੱਕੇ ਨੇ ਅਤੇ ਇਨ੍ਹਾਂ 2 ਸਾਲਾਂ ਦੇ ਵਿੱਚ ਗੁਰਮਤ ਪ੍ਰਚਾਰ ਕੇਂਦਰ ਦੇ ਵੱਲੋਂ ਕੀਤੇ ਗੁਰਮਤ ਪ੍ਰਚਾਰ ਦੇ ਵਿੱਚ ਪਿੰਡ ਦੀਆਂ ਸੰਗਤਾਂ ਨੇ ਕਾਫੀ ਸਹਿਯੋਗ ਦਿੱਤਾ ਅਤੇ ਲਗਭਗ 35 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਵੀ ਗੁਰਮਤ ਅਤੇ ਇਤਿਹਾਸ ਦੇ ਨਾਲ ਜੋੜਨ ਦੇ ਲਈ ਗੁਰਮਤ ਦੀਆਂ ਕਲਾਸਾਂ ਵੀ ਲਗਾਈਆਂ ਜਾ ਰਹੀਆਂ ਨੇ ਤੇ ਨਾਲ ਹੀ ਉਨ੍ਹਾਂ ਨੂੰ ਗੱਤਕੇ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ। ਇਸ ਮੌਕੇ ਦੇ ਉੱਤੇ ਭਾਈ ਜਸਵੰਤ ਸਿੰਘ ਧੰਨਾ, ਭਾਈ ਜਸਵੀਰ ਸਿੰਘ ਬਾਜਵਾ, ਭਾਈ ਹਰਭਜਨ ਸਿੰਘ ਬਾਗਵਾਨ ਸਾਰੇ ਪਰਿਵਾਰ ਸਮੇਤ ਅੰਮ੍ਰਿਤ ਛਕਿਆ ਅਤੇ ਨਗਰ ਦੇ ਹੋਰ ਵੀ ਸਿੰਘ ਅਤੇ ਸਿੰਘਣੀਆਂ ਸ਼ਾਮਲ ਸਨ। ਉਨ੍ਹਾਂ ਗੁਰਮਤ ਪ੍ਰਚਾਰ ਕੇਂਦਰ ਅਤੇ ਨਗਰ ਦੀਆਂ ਸੰਗਤਾਂ ਦਾ ਗੁਰਮਤ ਪ੍ਰਚਾਰ ਦੇ ਲਈ ਸਹਿਯੋਗ ਕਰਨ ਦੇ ਲਈ ਧੰਨਵਾਦ ਕੀਤਾ ਹੈ ਅਤੇ ਕਿਹਾ ਕਿ ਗੁਰਮਤ ਪ੍ਰਚਾਰ ਦੇ ਲਈ ਯਤਨ ਹੋਰ ਵੀ ਤੇਜ਼ ਕੀਤੇ ਜਾਣਗੇ। ਇਸ ਸਮੇਂ ਸਾਡੇ ਨਾਲ ਮੌਜੂਦ ਨੇ ਗੁਰਮਤ ਪ੍ਰਚਾਰ ਕੇਂਦਰ ਦੇ ਭਾਈ ਗਗਨਦੀਪ ਸਿੰਘ ਜੀ। ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਭਾਈ ਸਾਹਿਬ ਜੀ, ਤੁਸੀਂ ਗੁਰਮਤ ਪ੍ਰਚਾਰ ਕਿੰਨੇ ਸਮੇਂ ਤੋਂ ਚਲਾ ਰਹੇ ਹੋ? ਇਹ ਜੀ ਮੈਨੂੰ 2 ਸਾਲ ਹੋ ਗਏ ਆ ਜੀ ਤਕਰੀਬਨ ਇੱਥੇ ਡਿਊਟੀ ਕਰਦੇ ਨੂੰ ਪ੍ਰਚਾਰਕ ਸਿੰਘ ਦੀ, ਅਤੇ 35 ਤੋਂ ਲੈ ਕੇ 40 ਕੁ ਪ੍ਰਾਣੀਆਂ ਨੇ ਇੱਥੇ ਅੰਮ੍ਰਿਤ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੋਈ ਆ ਦਾਸ ਦੇ ਪ੍ਰਚਾਰ ਸਦਕਾ, ਅਤੇ ਉਹ ਵੀ ਇੱਥੇ ਮੌਜੂਦ ਹੀ ਆ ਸਿੰਘ ਸਾਰੇ, ਉਹ ਵੀ ਆਪਾਂ ਆਪਣੇ ਵਰਕ ਅੰਦਰ ਰੂਬਰੂ ਕਰਾਉਂਦੇ ਹਾਂ। ਅਤੇ 2 ਸਾਲ ਤੋਂ ਆਪਾਂ ਇਹ ਚਲਾ ਰਹੇ ਹਾਂ ਜੀ, ਬਾਕੀ ਨਵੀਂ ਬਿਲਡਿੰਗ ਤਿਆਰ ਕਰ ਰਹੇ ਹਾਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ। ਅਤੇ ਸਾਂਝੀ ਬਿਲਡਿੰਗ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਆਉਂਦੀਆਂ ਸੀਗੀਆਂ, ਜਦੋਂ ਅਸੀਂ ਗੱਤਕਾ ਸਿਖਾਉਂਦੇ ਸੀ ਉਹਦੇ ਵਿੱਚ ਪ੍ਰੋਬਲਮ ਆਉਂਦੀਆਂ ਸੀ, ਜਦੋਂ ਸ਼ਾਮਾਂ ਨੂੰ ਰਾਤ ਨੂੰ ਕਲਾਸ ਲਈ ਸੀ ਬੱਚਿਆਂ ਦੀ ਗੁਰਮਤ ਦੀ ਉਦੋਂ ਪ੍ਰੋਬਲਮ ਕਾਫੀ ਆਉਂਦੀ ਸੀਗੀ। ਅਤੇ ਸਾਂਝੀ ਬਿਲਡਿੰਗ ਦੇ ਵਿੱਚ ਕਾਫੀ ਕੁਝ, ਕਿਉਂਕਿ ਉੱਥੇ ਹਰ ਬੰਦਾ ਆਣ ਕੇ ਆਪਣਾ ਰੋਹਬ ਝਾੜਦਾ ਸੀਗਾ ਵੀ ਤੁਸੀਂ ਇੱਥੇ ਕਿਉਂ ਬੈਠੇ ਹੋ। ਕਿਸ ਤਰ੍ਹਾਂ ਦੀਆਂ ਪ੍ਰੋਬਲਮਾਂ ਦਾ ਜਿਹੜਾ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਸੀਗਾ? ਸਾਨੂੰ ਜੀ ਸਾਂਝੀ ਬਿਲਡਿੰਗ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ, ਜਿਵੇਂ ਰਾਤ ਨੂੰ ਮੰਨ ਲਓ ਆਪਾਂ ਸ਼ਾਮਾਂ ਨੂੰ ਬੱਚਿਆਂ ਦੀ ਕਲਾਸ ਲਾ ਕੇ ਬੈਠੇ ਹਾਂ, ਪੱਖੇ 'ਤੇ ਗਰਮੀ ਦੇ ਵਿੱਚ ਚਲਾਉਣੇ ਪੈਣੇ ਆ, ਅਤੇ ਉਹ ਸਾਂਝੇ ਕੋਈ ਵੀ ਬੰਦਾ ਆਣ ਕੇ ਸਾਡੇ 'ਤੇ ਰੋਹਬ ਝਾੜਦਾ ਸੀ ਵੀ ਪੱਖੇ ਚੱਲ ਰਹੇ ਆ, ਬਿੱਲ ਦੇਣਾ ਪੈਣਾ ਇੱਥੇ ਕਮੇਟੀ ਨੂੰ ਜਾਂ ਮੈਂ ਪਿੰਡ ਨੂੰ, ਅਤੇ ਤੁਸੀਂ ਇਹ ਅਸੀਂ ਕੰਮ ਇੱਥੇ ਤੁਹਾਨੂੰ ਨਹੀਂ ਕਰ ਦੇਣਾ। ਹੁਣ ਉਸ ਮਾਲਕ ਦੀ ਕਿਰਪਾ ਦੇ ਨਾਲ, ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ, ਸੰਗਤ ਦੇ ਸੰਯੋਗ ਦੇ ਨਾਲ ਅਸੀਂ ਬਿਲਡਿੰਗ ਆਪਣੀ ਅਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਤਿਆਰ ਕਰ ਰਹੇ ਹਾਂ, ਤਾਂ ਜੋ ਇੱਥੇ ਸਾਨੂੰ ਕੋਈ ਕਿਸੇ ਦੀ ਹਿੜਕ ਝਿੜਕ ਨਾ ਹੋਵੇ ਅਤੇ ਅਸੀਂ ਬੱਚਿਆਂ ਨੂੰ ਖੁੱਲ੍ਹ ਕੇ ਜਿਹੜਾ ਵਾ ਵੀ ਗੁਰਮਤ ਦੀ ਸੰਥਿਆ ਦੇ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਸੀਂ ਦੇਖਦੇ ਹੋ, ਅੱਜ ਕੱਲ੍ਹ ਨੌਜਵਾਨੀ ਜਿਹੜੀ ਹੈਗੀ ਆ ਉਹ ਨਸ਼ਿਆਂ ਦੇ ਰਾਹ ਦੇ ਉੱਪਰ ਚੱਲਦੀ ਪਈ ਆ, ਪਰ ਅੱਜ ਪਿੰਡ ਅਕਬਰਪੁਰ ਕਲਾਂ ਦੇ ਵਿੱਚ ਭਾਈ ਗ੍ਰੰਥੀ ਸਿੰਘ ਦਾ ਕਰਕੇ ਜੋ ਅੱਜ ਇੱਥੇ ਮੌਜੂਦ ਨੇ ਸਾਡੇ ਨਾਲ, ਭਾਈ ਕਈ ਪਰਿਵਾਰਾਂ ਨੇ ਮਿਲ ਕੇ ਅੰਮ੍ਰਿਤ ਦੀ ਦਾਤ ਲਈ ਹੈਗੀ ਆ, ਉਸ ਦੇ ਵਿੱਚੋਂ ਇੱਕ ਨੌਜਵਾਨ ਜਿਹੜਾ ਹੈਗਾ ਵੀ ਉਸਨੇ ਵੀ ਅੰਮ੍ਰਿਤ ਦੀ ਦਾਤ ਪਾਨ ਕੀਤੀ ਹੈਗੀ ਆ। ਆਓ ਆਪਾਂ ਉਸਦੇ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ, ਕੀ ਨੇਮ ਹੋ ਤੁਹਾਡਾ? ਮੇਰਾ ਨਾਮ ਜੀ ਵਿਸ਼ਾਲ ਸਿੰਘ ਹੈ ਅਤੇ ਮੈਂ ਪਿੰਡ ਅਕਬਰਪੁਰ ਕਲਾਂ ਦਾ ਵਸਨੀਕ ਹਾਂ। ਅਤੇ ਸਾਡੇ ਪਿੰਡ ਦੇ ਗ੍ਰੰਥੀ ਸਾਹਿਬ ਭਾਈ ਗਗਨਦੀਪ ਸਿੰਘ ਜੀ, ਇਹਨਾਂ ਦੇ ਇੱਥੇ ਆਉਣ ਤੋਂ ਪਹਿਲਾਂ ਮੈਂ ਕਦੇ ਇਸ ਪਾਸੇ ਧਿਆਨ ਨਹੀਂ ਦਿੱਤਾ ਸੀਗਾ। ਮੈਂ ਵੀ ਪਹਿਲਾਂ, ਤੁਸੀਂ ਮੰਨਣਾ ਨਹੀਂ, ਮੈਂ ਵੀ ਮੁੰਨਾ ਹੁੰਦਾ ਸੀ ਪਹਿਲਾਂ, ਅਤੇ ਬਾਬਾ ਜੀ ਇੱਥੇ ਆਏ ਜਦੋਂ ਦੇ, ਉਸ ਤੋਂ ਬਾਅਦ ਇਹਨਾਂ ਦੀ ਪ੍ਰੇਰਣਾ ਸਦਕਾ ਮੈਂ ਸਭ ਤੋਂ ਪਹਿਲਾਂ ਤਾਂ ਕਿੱਸਾ ਧਾਰੀ ਹੋਇਆ। ਫਿਰ ਹੌਲੀ ਹੌਲੀ ਇਹਨਾਂ ਨੇ ਮੈਨੂੰ ਅੰਮ੍ਰਿਤ ਛਕਣ ਦੇ ਲਈ ਪ੍ਰੇਰਿਤ ਕੀਤਾ ਅਤੇ ਅੱਜ ਮੈਂ ਤੁਹਾਡੇ ਸਾਹਮਣੇ ਅਤੇ ਅੰਮ੍ਰਿਤ ਪਾਨ ਕੀਤਾ ਹੈ। ਤੁਸੀਂ ਕਿਸ ਜਮਾਤ ਵਿੱਚ ਪੜ੍ਹਦੇ ਹੋ? ਮੈਂ ਜੀ +2 ਜਮਾਤ ਦਾ ਵਿਦਿਆਰਥੀ। ਠੀਕ ਆ, ਅਤੇ ਤੁਹਾਨੂੰ ਜਿਹੜਾ ਤੁਸੀਂ ਇਸ ਸਮੇਂ ਗੁਰੂ ਦੀ ਦਾਤ ਬਖਸ਼ੀ ਹੋਈ ਦਾਤ ਅੰਮ੍ਰਿਤ ਪਾਨ ਕੀਤਾ, ਇਸ ਸਮੇਂ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ? ਮੈਨੂੰ ਜੀ ਅੰਮ੍ਰਿਤ ਛੱਕ ਕੇ ਮੈਂ ਹੁਣ ਜਦੋਂ ਸਿੰਘ ਸੱਜ ਗਿਆ ਵਾਂ
ਅਤੇ ਮੈਨੂੰ ਬੜਾ ਚੰਗਾ ਮਹਿਸੂਸ ਹੋ ਰਿਹਾ। ਇੱਕ ਤਾਂ ਜੀ ਸਭ ਪਾਸੇ ਲੋਕ ਇੱਜ਼ਤ ਕਰਦੇ ਆ, ਦੂਸਰਾ ਜੀ ਇਨਸਾਨ ਜਿਹੜਾ ਵਾ ਬੁਰਾਈਆਂ ਤੋਂ ਬਚ ਜਾਂਦਾ ਵਾ, ਸਵੇਰ ਸ਼ਾਮ ਉੱਠ ਕੇ ਗੁਰਬਾਣੀ ਪੜ੍ਹੀਦੀ ਹੈ, ਚੰਗੀ ਸਿੱਖਿਆ ਮਿਲਦੀ ਹੈ, ਅਤੇ ਨਾਲ ਦੀ ਨਾਲ ਬਾਬਾ ਜੀ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਵੀ ਲੈ ਰਿਹਾ ਵਾਂ। ਤੁਹਾਡੇ ਗੱਤਕੇ ਦੇ ਨਾਲ ਮੈਨੂੰ ਬਾਬਾ ਜੀ ਨੇ ਦੱਸਿਆ ਸੀ ਕਿ ਤੁਸੀਂ ਗੱਤਕਾ ਖੇਡਣ ਦੇ ਵਿੱਚ ਵੀ ਬਹੁਤ ਯਾਨੀ ਕਿ ਜਿਹੜੇ ਦਿਲਚਸਪ ਹਾਂ, ਅਤੇ ਗੱਤਕੇ ਦੇ ਵਿੱਚ ਤੁਹਾਡੇ ਕਿਵੇਂ ਦੇ ਰੁਝਾਨ? ਬਸ ਜੀ ਗੱਤਕਾ ਜੀ ਵੈਸੇ ਸ਼ੁਰੂ ਵਿੱਚ ਤਾਂ ਮੈਂ ਸ਼ੌਕੀਆ ਤੌਰ 'ਤੇ ਵੈਸੇ ਦੇਖਣ ਆਉਂਦਾ ਹੁੰਦਾ ਸੀ ਜਦੋਂ ਕਲਾਸਾਂ ਲੱਗਦੀਆਂ ਹੁੰਦੀਆਂ ਸੀ, ਅਤੇ ਹੌਲੀ ਹੌਲੀ ਮੇਰਾ ਰੁਝਾਨ ਇੱਧਰਲੇ ਪਾਸੇ ਵੱਧ ਗਿਆ, ਅਤੇ ਹੁਣ ਚਲੋ ਥੋੜ੍ਹਾ ਬਹੁਤ ਸ਼ਸਤਰਾਂ ਨਾਲ ਗੱਤਕਾ ਖੇਡਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਮੇਂ ਸਾਡੇ ਨਾਲ ਮੌਜੂਦ ਨੇ ਭਾਈ ਹਰਭਜਨ ਸਿੰਘ ਜੀ, ਜਿਨ੍ਹਾਂ ਨੇ ਇਹ ਅੰਮ੍ਰਿਤ ਦੀ ਦਾਤ ਲੈ ਕੇ ਸਾਰੇ ਪਰਿਵਾਰ ਨੇ ਗੁਰੂ ਵਾਲੇ ਬਣੇ ਨੇ। ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਤੁਸੀਂ ਤੁਹਾਡਾ ਸਾਰਾ ਪਰਿਵਾਰ ਅਤੇ ਤੁਸੀਂ ਗੁਰੂ ਵਾਲੇ ਬਣੇ ਹੋ, ਇਹ ਤੁਹਾਨੂੰ ਇਸ ਸਮੇਂ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ? ਸਾਨੂੰ ਜੀ ਇਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਜੀ ਕਿ ਮਤਲਬ ਸਾਡੇ ਨਗਰ ਦੇ ਵਿੱਚ ਜਦ ਦੇ ਬਾਬਾ ਜੀ ਮਤਲਬ ਗੁਰਦੁਆਰੇ ਨੂੰ ਸੰਭਾਲਿਆ ਹੈ, ਇਹਨਾਂ ਨੇ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਨਾਲ ਸਾਡੇ ਸਾਰੇ ਪਿੰਡ ਦੇ ਲੋਕਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਦੀ ਕੋਸ਼ਿਸ਼ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਕਾਫੀ ਘਰ ਜਿਨ੍ਹਾਂ ਨੇ ਮਤਲਬ ਕਦੀ ਇਸ ਪਾਸੇ ਸੋਚਿਆ ਵੀ ਨਹੀਂ ਸੀਗਾ, ਉਹਨਾਂ ਨੇ ਮਤਲਬ ਅੰਮ੍ਰਿਤ ਛਕਿਆ ਹੈ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ ਹੈ। ਇਹਦੇ ਵਿੱਚ ਬਾਬਾ ਜੀ ਹੁਣਾਂ ਦੀ ਮਤਲਬ ਕਾਫੀ ਮਿਹਨਤ ਦਾ ਸਦਕਾ ਔਰ ਇਹਨਾਂ ਦੇ ਪ੍ਰਚਾਰ ਦਾ ਸਦਕਾ ਸਾਡੇ ਨਗਰ ਦੇ ਵਿੱਚ ਕਾਫੀ ਘਰਾਂ ਨੇ ਮਤਲਬ ਗੁਰੂ ਨਾਲ ਜੁੜ ਕੇ ਇਸ ਪਾਸੇ ਮਤਲਬ ਸਾਡੀ ਸਿੱਖੀ ਵੱਲ ਧਿਆਨ ਦਿੱਤਾ। ਇਸ ਸਮੇਂ ਸਾਡੇ ਨਾਲ ਮੌਜੂਦ ਨੇ ਭਾਈ ਜਸਵੰਤ ਸਿੰਘ ਜੀ, ਜੋ ਪਿੰਡ ਅਕਬਰਪੁਰ ਕਲਾਂ ਦੇ ਵਸਨੀਕ ਨੇ। ਇਹਨਾਂ ਨੇ ਵੀ ਜਿਹੜੀ ਹੈਗੀ ਗੁਰੂ ਦੀ ਦਾਤ, ਬਖਸ਼ੀ ਦੀ ਦਾਤ, ਅੰਮ੍ਰਿਤ ਦੀ ਦਾਤ ਲੈ ਕੇ ਇਹ ਸਾਰੇ ਪਰਿਵਾਰ ਨੇ ਗੁਰੂ ਵਾਲੇ ਬਣੇ ਆ, ਤੇ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਤੁਸੀਂ ਇਹ ਹੁਣ ਗੁਰੂ ਦੀ ਦਾਤ, ਬਖਸ਼ੀ ਦੀ ਦਾਤ, ਅੰਮ੍ਰਿਤ ਪਾਨ ਕੀਤਾ, ਤੇ ਤੁਹਾਨੂੰ ਇਸ ਤਰ੍ਹਾਂ ਕਿਸ ਤਰ੍ਹਾਂ ਫੀਲ ਹੋ ਰਿਹਾ? ਸਾਨੂੰ ਇਹ ਬਹੁਤ ਚੰਗਾ ਫੀਲ ਹੋ ਰਿਹਾ ਜੀ, ਜਿਉਂ ਇਹ ਅੰਮ੍ਰਿਤ ਦੀ ਦਾਤ ਬਖਸ਼ੀ ਆ, ਬਹੁਤ ਪ੍ਰੇਮ ਤੇ ਮੁਹੱਬਤ ਸਾਡਾ ਹਰ ਇੱਕ ਪ੍ਰੇਮ ਹੈਗਾ। ਸਾਡੇ ਗ੍ਰੰਥੀ ਸਾਹਿਬ ਨੇ ਸਾਨੂੰ ਅੰਮ੍ਰਿਤ ਦੀ ਦਾਤ ਲਾਈ ਆ, ਜੋ ਇਹਨੇ ਸਾਡੇ ਪਿੰਡ ਵਿੱਚ ਆਏ ਆ, ਤੇ ਉਸ ਟਾਈਮ ਤੋਂ ਅਸੀਂ ਅੰਮ੍ਰਿਤ ਦੀ ਦਾਤ, ਸਾਨੂੰ ਇਹਨੇ ਪ੍ਰੇਰਨਾ ਦਿੱਤੀ ਆ ਵੀ ਤੁਸੀਂ ਅੰਮ੍ਰਿਤ ਦੀ ਦਾਤ ਛਕੋ, ਵੀ ਇਹਦੇ ਵਿੱਚ ਬਹੁਤ ਲਾਭਤ ਆਇਆ। ਜਦੋਂ ਦੇ ਅਸੀਂ ਅੰਮ੍ਰਿਤ ਦੀ ਦਾਤ ਛਕੀ ਆ, ਸਾਨੂੰ ਬਹੁਤ ਲਾਭਤ ਹੋਈ ਆ, ਬਹੁਤ ਪ੍ਰੇਮ ਹੋਇਆ, ਅਸੀਂ ਗੁਰਦੁਆਰੇ ਦੇ ਨਾਲ ਪ੍ਰੇਮ ਕਰਨ ਲੱਗ ਪਏ, ਸ਼ਾਮ ਸਵੇਰ ਮਹਾਰਾਜ ਦੇ ਦਰਸ਼ਨ ਕਰਨ ਲੱਗ ਪਏ, ਉਹਦੇ ਨਾਲ ਸਾਨੂੰ ਬਹੁਤ ਲਾਭਤ ਆ। ਸਾਡੇ ਨਾਲ ਮੌਜੂਦ ਨੇ ਜਸਵੀਰ ਸਿੰਘ ਬਾਜਵਾ ਜੀ, ਉਹਨਾਂ ਨੇ ਅੰਮ੍ਰਿਤ ਦੀ ਦਾਤ ਜਿਹੜੀ ਉਹ ਲਈ ਆ, ਅਤੇ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਜਿਹੜੇ ਤੁਸੀਂ ਅੰਮ੍ਰਿਤ ਛਕਿਆ, ਅਤੇ ਹੁਣ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਕਰਦੇ ਜੀ, ਚੰਗਾ ਲੱਗਦਾ ਜੀ। ਠੀਕ ਹੈ ਜੀ, ਅਤੇ ਤੁਸੀਂ ਹੋਰ ਜਿਹੜੀਆਂ ਸੰਗਤਾਂ ਪਰ ਦਾ ਚੈਨਲ ਦੇਖ ਰਹੀਆਂ, ਉਹਨਾਂ ਦੇ ਬਾਰੇ ਕੋਈ ਮੈਸੇਜ ਕੀ ਦੇਣਾ ਚਾਹੁੰਦੇ? ਨੌਜਵਾਨੀ ਜਿਹੜੀ ਅੱਜ ਕੱਲ੍ਹ ਤੁਸੀਂ ਦੇਖ ਰਹੇ ਹੋ ਨਸ਼ਿਆਂ ਦੇ ਰਾਹ 'ਤੇ ਚੱਲ ਰਹੀ ਆ, ਉਹਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਨਸ਼ਿਆਂ ਨੂੰ ਛੱਡ ਕੇ ਜੀ ਅੰਮ੍ਰਿਤਧਾਰੀ ਹੋ ਜਾਂਦੀ। ਮੈਂ ਦਾ ਚੈਨਲ ਦਾ ਬਹੁਤ ਧੰਨਵਾਦ ਜੀ। ਸ਼ਾਹਕੋਟ ਤੋਂ ਗੁਰਭੇਜ ਸਿੰਘ ਆਨੰਦਪੁਰੀ ਦੇ ਨਾਲ ਲਵਪ੍ਰੀਤ ਸਿੰਘ ਲੋਹੀਆਂ ਦੀ ਰਿਪੋਰਟ।